सरदार जी उठो थोनू एक चीज दिखावा सरदार कौन है कौन है कौन है तुसी पुठे पए हो सर मैं तो पुठा पिया ही है तू तो पुठा जम्मिया तरा कड़ता सी मेरा लोग कहंदे पुठा जम्मिया लोगों की चुक कढ़ने दे काम आउंदा तू तो ओ भी नहीं आउंदा की होया तुहानू कुछ नहीं वीर जी जे कुछ नहीं फिर मेरे आले दुआले कट क्यों कीता डैडी जी बस थोनू देख रहे सी देख लिया मगाओ चौथा बंदा लगो कन जे पिया नहीं चंगा लगदा तक डैडी जी शुभ शुभ बोलो ਤੁਸੀਂ ਤਾਂ ਪਏ ਸੋਹਣੇ ਬਹੁਤ ਲੱਗ ਰਹੇ ਸੀ ਅੱਛਾ ਜੇ ਮੈਂ ਪਿਆ ਸੋਹਣਾ ਲੱਗਦਾ ਇਹ ਤਾਂ ਮਤਲਬ ਮੈਂ ਸਾਰੀ ਦਿਹਾੜੀ ਸੁੱਤਾ ਹੀ ਰਹਾ ਚਲੋ ਠੀਕ ਹੈ ਜੇ ਹੁਣ ਸਰਦਾਰ ਸਾਹਿਬ ਉੱਠ ਖੜੇ ਹੁਣ ਇਹਨਾਂ ਦਾ ਪੋਤਾ ਲੈ ਕੇ ਆਓ ਬੰਦੇ ਨੂੰ ਉੱਠਦੇ ਸਾਰ ਚਾਹ ਦੀ ਲੋੜ ਹੁੰਦੀ ਆ ਪੋਤੇ ਦੀ ਨਹੀਂ ਲਾੜ ਕਰਨ ਨੂੰ ਸਾਰਾ ਦਿਨ ਪਿਆ ਸਹੀ ਕਿਹਾ ਵੀਰ ਜੀ ਹਰਮਨ ਜਾ ਵੀਰ ਜੀ ਲਈ ਚਾਹ ਲੈ ਕੇ ਆ ਜੀ ਮਾਮੀ ਜੀ ਸਰਦਾਰ ਜੀ ਆਪਾਂ ਚਾਹ ਬਿੰਨੂ ਦੇ ਕਮਰੇ 'ਚ ਬਹਿ ਕੇ ਨਾ ਪੀਏ ਚਾਹ ਬਹਿ ਕੇ ਹੀ ਪੀ ਦੀ ਆ ਲੰਮਿਆਂ ਪੈ ਕੇ ਉੱਤੇ ਰੋਣਨੀ ਆ ਜਸਮੀਤ ਮੇਰੀ ਚਾਹ ਬਾਹਰ ਭੇਜ ਦੀ ਮੈਂ ਉਹਨਾਂ ਚਿਰ ਬਾਹਰ ਟਹਿ ਲਵਾਂ ਬੇਵਕੂਫ ਜਿਹਾ ਆ ਜਾਓ ਮੈਨੂੰ ਗੋਲ ਲੱਗਿਆ ਜਿਹੜਾ ਮੇਰੇ ਮਗਰ ਮੱਖੀ ਵਾਂਗੂ ਪੀ ਪੀ ਕਰਦਾ ਫਿਰ ਰਿਹਾ ਮੈਂ ਤਾਂ ਐਂ ਦੇਖ ਰਿਹਾ ਵੀ ਤੁਹਾਡਾ ਪੋਤਾ ਨਹੀਂ ਦਿਖ ਰਿਹਾ ਕਿਤੇ ਤੂੰ ਪੋਤੇ ਤੋਂ ਧਾਰਾ ਕਢਾਉਣੀ ਆ ਸੁੱਤਾ ਪਿਆ ਹੁਣ ਹਾਂਜੀ ਵੀਰ ਜੀ ਬੱਚਾ ਸੱਚੀ ਸੁੱਤਾ ਪਿਆ ਡੈਡੀ ਜੀ ਤੁਸੀਂ ਪਹਿਲਾਂ ਚਾਹ ਤੇ ਪੀਓ ਚਾਹ ਤਾਂ ਸਾਲੇ ਨੇ ਗੱਲਾਂ ਕਰਕੇ ਸਾਰੀ ਠੰਡੀ ਕਰਾਤੀ ਦੁਬਾਰਾ ਗਰਮ ਕਰ ਲਿਆ ਭਾਈ ਹਾਂਜੀ ਹਾਂਜੀ ਅੱਜ ਰਾਜਵੀਰ ਦੇ ਕੁੱਕੂ ਨਹੀਂ ਦਿਖ ਰਹੇ ਮੈਨੂੰ ਤਾਂ ਕਿਤੇ ਲੱਭ ਨਹੀਂ ਰਿਹਾ ਮਾਮਾ ਜੀ ਹੁਣ ਕੀ ਕਰੀਏ ਆਪਾਂ ਐਂ ਕਰਦੇ ਹਾਂ ਆਪਾਂ ਕੀਰਤ ਦੇ ਬੱਚੇ ਨੂੰ ਲੈ ਕੇ ਚੱਲਦੇ ਹਾਂ ਡੈਡੀ ਉਹਨੂੰ ਪਛਾਣਨਗੇ ਨਹੀਂ ਐ ਕਿਵੇਂ ਪਛਾਣ ਲੈਣਗੇ ਆਪਾਂ ਬੱਚੇ ਦਾ ਮੂੰਹ ਕੰਧ ਵੱਲ ਕਰਕੇ ਪਾ ਦਾਂਗੇ ਚਲੋ ਸਰਦਾਰ ਜੀ ਛੇਤੀ ਪੀ ਲਓ ਚਾਹ ਹੁਣ ਗਰਮ ਗਰਮ ਚਾਹ ਨਾਲ ਮੈਂ ਆਪਣਾ ਮੂੰਹ ਸਾੜ ਲਵਾਂ ਇੰਨੀ ਕਿੰਨੀ ਕੁ ਗਰਮ ਹੈ ਇੰਨੀ ਗਰਮ ਤਾਂ ਮੈਂ ਪਾਣੀ ਵਾਂਗੂ ਪੀ ਜਾਂਦਾ ਭਾਈ ਅੱਗੇ ਤੋਂ ਉਬਲਦੀ ਚਾਹ ਦੇ ਮੂੰਹ 'ਚ ਹੀ ਪਾਉਣ ਦਿਆ ਕਰੋ ਸਰਦਾਰ ਜੀ ਚਾਹ ਤੁਸੀਂ ਤੁਰਦੇ ਫਿਰਦੇ ਨਹੀਂ ਪੀ ਸਕਦੇ ਨਾਲੇ ਤੁਹਾਡਾ ਖਾਧਾ ਪੀਤਾ ਹਜਮ ਹੋ ਜੂਗਾ ਨਿਰਨਾ ਕਾਲ ਜਾ ਕੀ ਅੰਦਰ ਗਿਆ ਸਵੇਰ ਦਾ ਸਵਾਈ ਤੇਰੀਆਂ ਜਬਲੀਆਂ ਤੋਂ ਇੱਕੋ ਰੱਟ ਲਾਈ ਹੋਈ ਆ ਪੋਤਾ ਦੇਖ ਲਓ ਪੋਤਾ ਦੇਖ ਲਓ ਚੱਲ ਦਿਖਾ ਪੁੱਤ ਵੀਰ ਜੀ ਮੈਂ ਚਾਹ ਦੁਬਾਰਾ ਗਰਮ ਕਰਕੇ ਲਿਆਈ ਆ ਤੁਸੀਂ ਫੇਰ ਨਹੀਂ ਪੀ ਰਹੇ ਵੈਸੇ ਵੀ ਕਹਿੰਦੇ ਆ ਚਾਹ ਪੀ ਕੇ ਅੰਦਰ ਨਹੀਂ ਜਾਈਦਾ ਯਾਰ ਨਵੀਆਂ ਹੀ ਗੱਲਾਂ ਨੇ ਤੁਹਾਡੀਆਂ ਇਹ ਤਾਂ ਸੁਣਦੇ ਹੁੰਦੇ ਸੀ ਕਿ ਦੁੱਧ ਪੀ ਕੇ ਬਾਹਰ ਨਹੀਂ ਜਾਈਦਾ ਚਾਹ ਪੀ ਕੇ ਅੰਦਰ ਨਹੀਂ ਜਾਈਦਾ ਇਹ ਕਿਹੜਾ ਸਿਆਣਾ ਚਾਵਲ ਮਾਰ ਗਿਆ ਡੈਡੀ ਜੀ ਮਾਮੀ ਜੀ ਦੇ ਕਹਿਣ ਦਾ ਮਤਲਬ ਹੈ ਕਿ ਨਸ਼ਾ ਕਰਕੇ ਅੰਦਰ ਨਹੀਂ ਜਾਈਦਾ ਉਹ ਨਸ਼ੇ ਨੂੰ ਮੈਂ ਡੋਟੀ ਵਾਲੀ ਚਾਹ ਪੀ ਲਈ ਨਸ਼ਾ ਹੀ ਦੱਸਦੀ ਆ ਚਾਹ ਦਾ ਵੀ ਤਾਂ ਨਸ਼ਾ ਹੀ ਹੈ ਡੈਡੀ ਜੀ ਤਾਂ ਹੀ ਤਾਂ ਸਾਰੀ ਦੁਨੀਆ ਦੇ ਤੇ ਲੱਗੀ ਹੋਈ ਹੈ ਵਿੱਚ ਵਿੱਚ ਚੂਤੇ ਵੀ ਲੱਗੇ ਨੇ ਉਹ ਤੇਰੇ ਵਰਗੇ ਮੁਫਤ ਖੋਰੇ ਲੱਗੇ ਆ ਬਲੱਡੀ ਪੈਰਾਸਾਈਟ ਕੀ ਉੱਪਰ ਚੱਲ ਕੇ ਮੇਰੇ ਨਾਲ ਪੋਤਾ ਦੇਖ ਲਓ ਚੱਲ ਚੱਲ ਚਲੋ ਹਾਏ ਚੱਕਰ ਆ ਗਿਆ ਹਾਏ ਚੱਕਰ ਆ ਗਿਆ ਕੀ ਹੋ ਗਿਆ ਕੀ ਤੇ ਚੱਕਰ ਆ ਗਿਆ ਚੱਕਰ ਆ ਰਿਹਾ ਮੈਨੂੰ ਇਹ ਕਿੱਦਾਂ ਦਾ ਪਹਾੜੀ ਚੱਕਰ ਜਿਹੜਾ ਉੱਥੋਂ ਚੱਲ ਕੇ ਇੱਥੇ ਤੱਕ ਆ ਗਿਆ ਹਾਏ ਚੱਕਰ ਆ ਰਿਹਾ ਤੁਸੀਂ ਜ਼ਿਆਦਾ ਚੱਕਰਾਂ 'ਚ ਨਾ ਪਾਓ ਅੰਦਰ ਚੱਲੋ ਪੋਤੇ ਦਾ ਮੂੰਹ ਦੇਖੋ ਸਾਲਿਆ ਤੈਨੂੰ ਪੋਤੇ ਦੀ ਪਈਆ ਕੁੜੀ ਗੋਤਾ ਖਾ ਕੇ ਡਿੱਗਣ ਨੂੰ ਫਿਰਦੀ ਆ ਗੋਤਾ ਖਾ ਕੇ ਡਿੱਗ ਗਈ ਹਾਂ ਗੋਤਾ ਖਾ ਕੇ ਡਿੱਗ ਗਈ ਸਾਰੇ ਜਾਣੇ ਮੇਰੇ ਨੇੜੇ ਨੇੜੇ ਰਿਹੋ ਹੈ ਕੋਈ ਮੇਰੇ ਤੋਂ ਦੂਰ ਨਾ ਜਾਓ ਮੈਨੂੰ ਡਰ ਬਹੁਤ ਲੱਗ ਰਿਹਾ ਹਾਂ ਹਾਂ ਸਾਰੇ ਤੇਰੇ ਨੇੜੇ ਹੀ ਹੈ ਕੋਈ ਦੂਰ ਨਹੀਂ ਜਾਊਗਾ ਸਾਰੇ ਕੋਲ ਆ ਜਾਓ ਜਦੋਂ ਸਾਡੇ ਵੇਲੇ ਚੱਕਰ ਆਉਂਦਾ ਹੁੰਦਾ ਸੀ ਤੇ ਦਿਲ ਘਬਰਾਉਂਦਾ ਹੁੰਦਾ ਸੀ ਤਾਂ ਇਹ ਕਹਿੰਦੇ ਹੁੰਦੇ ਸੀ ਪਰੇ ਪਰੇ ਹੋ ਜਾਓ ਹਵਾ ਆਉਣ ਦਿਓ ਹਵਾ ਆਉਣ ਦਿਓ ਇਹ ਚੱਕਰ ਦਾ ਕਿਹੜਾ ਨਵਾਂ ਵੇਰੀਐਂਟ ਆ ਉਹ ਜਿਹੜਾ ਕੌਡੀ ਵਾਲਿਆਂ ਵਾਂਗੂ ਕਹਿੰਦਾ ਘੇਰਾ ਪਾ ਲਓ ਘੇਰਾ ਪਾ ਲਓ ਨਾਲੇ ਦੋ ਦਿਨਾਂ 'ਚ ਦੂਜਾ ਚੱਕਰ ਦਿਆ ਕੁਛ ਤਾਂ ਚੱਕਰ ਹੈ ਹੁਣ ਹੌਲੀ ਹੌਲੀ ਗੱਲ ਆ ਰਹੀ ਹੈ ਨਾ ਸਮਝ 'ਚ ਕਿਹੜੀ ਗੱਲ ਆਹੀ ਵੀ ਚੱਕਰ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਨੇ ਚੱਕਰ ਦਾ ਤਾਂ ਪਤਾ ਨਹੀਂ ਮੈਨੂੰ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਪਰ ਘਣ ਚੱਕਰ ਦੀ ਇੱਕੋ ਕਿਸਮ ਹੁੰਦੀ ਆ ਜਿਹੜੀ ਸਾਡੇ ਕੋਲ ਉਪਲਬਧ ਆ ਸਲਾਕ ਲੈਣ ਕੁੜੀ ਨੂੰ ਚੱਕਰ ਉਦੋਂ ਆਉਂਦਾ ਜਦੋਂ ਤੂੰ ਕੋਲ ਹੁੰਦਾ ਉਦੋਂ ਅੰਦਰ ਵੀ ਕੋਲ ਸੀ ਤੇ ਹੁਣ ਇਸ ਵੇਲੇ ਵੀ ਕੋਲ ਆ ਹੁਣ ਦੋਨੋਂ ਵਾਰੀ ਕੋਲ ਤਾਂ ਤੁਸੀਂ ਵੀ ਸੀਗੇ ਤੂੰ ਮੈਥੋਂ ਕਿਤੇ ਛੱਤਰ ਨਾ ਖਾ ਲਈ ਅਸਲ 'ਚ ਬੀਬਾ ਜੀ ਨੂੰ ਚੱਕਰ ਉਦੋਂ ਹੀ ਆਉਂਦਾ ਜਦੋਂ ਵੀ ਤੁਸੀਂ ਪੋਤਾ ਦੇਖਣ ਦੀ ਗੱਲ ਕਰਦੇ ਹੋ ਚਲੋ ਆਓ ਪੋਤਾ ਦੇਖੋ ਮੇਰੇ ਨਾਲ ਸਾਲਾ ਵੱਧ ਕੇ ਬੋਤਾ ਹੀ ਗੱਡਾ ਗਿਆ ਅਕਲ ਬਿੱਜੂ ਵਰਗੀ ਆ ਸਮੇਂ ਦੀ ਨਜ਼ਾਕਤ ਨਹੀਂ ਦੇਖਦਾ ਕਿ ਇਸ ਵੇਲੇ ਅੰਦਰ ਜਾ ਕੇ ਪੋਤਾ ਦੇਖਣਾ ਜ਼ਰੂਰੀ ਆ ਕਿ ਕੁੜੀ ਨੂੰ ਫਸਟ ਏਡ ਦੇਣੀ ਜਸਮੀਤ ਕੁੜੀ ਦੇ ਤਲੀਆਂ ਚੱਸ ਪੋਤਾ ਤਾਂ ਹੀ ਦੇਖੋਗੇ ਨਾ ਜੇ ਅੰਦਰ ਹੋਊਗਾ ਚੁੱਪ ਜਾ ਤੂੰ ਝਾਕਦਾ ਕੀ ਆ ਮੈਂ ਨਹੀਂ ਕਹਿਣਾ ਰਹਿਣ ਦੇ ਚਲੋ ਤਾਂ ਮੈਂ ਜਾਣਾ ਪਰ ਇੱਕ ਵਾਰੀ ਅੰਦਰ ਤੂੰ ਮੇਰੇ ਕਹਿਣ ਤੇ ਬਾਹਰ ਚੱਲ ਹਰਮਨ ਹਰਮਨ ਵੀਰ ਜੀ ਤੁਸੀਂ ਘਬਰਾਓ ਨਾ ਚੱਕਰ ਜਲਦੀ ਠੀਕ ਹੋ ਜਾਊਗਾ ਇਹ ਕਿੱਦਾਂ ਦਾ ਚੱਕਰ ਆ ਜਿਹਦਾ ਨਾ ਆਉਂਦੇ ਦਾ ਪਤਾ ਲੱਗਦਾ ਨਾ ਜਾਂਦੇ ਦਾ ਪਤਾ ਲੱਗਦਾ ਇਹਦੇ ਨਾਲ ਤਾਂ ਸਾਲਾ ਬਾਪ ਰੋਲਾ ਚੰਗਾ ਦੂਰੋਂ ਘੁੰਮ ਕੇ ਆਉਂਦਾ ਦਿਖਦਾ ਜਾਂਦਾ